ਪਾਣੀ ਸਾਡੇ ਕੋਲ 15-20% ਪਾਣੀ ਸਾਰਾ ਜੀ ਤੇ ਸਾਨੂੰ ਸਨ 98 ਤੋਂ ਇਹ ਹੀ ਪਾਣੀ ਮਿਲ ਰਿਹਾ ਇੰਨਾ ਹੀ ਸਨ 98 'ਚ ਇੱਕ ਤਲਾਰਾ ਪਿੰਡ ਪੈਂਦਾ ਜਿਸ ਨੂੰ ਪਾਣੀ ਚੱਕ ਕੇ ਲੱਗਦਾ ਸੀਗਾ ਉਸ ਇੱਕ ਪਿੰਡ ਨੂੰ ਬਚਾਉਣ ਦੀ ਖਾਤਰ ਇਹਨਾਂ ਨੇ ਉੱਥੇ ਠੋਕਰ ਬਣਾ ਤੀ ਅਤੇ ਨਹਿਰ ਦਾ ਲੈਵਲ 4 ਫੁੱਟ ਉੱਚਾ ਚੱਕਤਾ ਜਿਸ ਕਰਕੇ ਸਾਡੇ ਪਾਣੀ ਦੇ ਅੱਗੇ ਪਾਸੇ ਨਹੀਂ ਹੁੰਦੀ ਨਹਿਰ ਪਿੱਛੋਂ ਪੂਰੀ ਭਰ ਜਾਂਦੀ ਹੈ ਜਿਸ ਕਰਕੇ ਮੋਗਿਆਂ 'ਤੇ ਪੂਰਾ ਦਬਾਅ ਬਣਦਾ ਅਤੇ ਮੋਗਿਆਂ ਨੂੰ ਪੂਰਾ ਪਾਣੀ ਮਿਲਦਾ ਅਤੇ ਸਨ 98 ਤੋਂ ਬਾਅਦ ਅਸੀਂ ਬਹੁਤ ਵਾਰੀ ਐਕਸ਼ਨ ਸਾਹਿਬ ਕੋਲ ਲੀਡਰਾਂ ਕੋਲ SC ਸਾਹਿਬ ਕੋਲ ਸਾਰਿਆਂ ਕੋਲ ਐਪਲੀਕੇਸ਼ਨਾਂ ਦੇ ਕੇ ਅਤੇ ਕਈ ਵਾਰੀ ਤਾਂ ਸੜਕ ਜਾਮ ਕਰਕੇ ਵੀ ਮੁਜ਼ਾਹਰਾ ਕਰਕੇ ਵੀ ਵੇਖ ਲਿਆ फाजिलका जिले के कमालवाला माइनर पर पड़ने वाले गांवों के किसानों ने सिंचाई के पानी की कमी पर रोष जताते हुए अबोहर में नहर विभाग के XEN मुख्तियार सिंह राणा से मुलाकात की। किसानों ने बताया कि पानी की कमी की समस्या पिछले काफी समय से चल रही है। पानी की कमी के कारण किसान कर्ज के भंवर में फंस रहे हैं। XEN मुख्तियार सिंह राणा ने बताया कि पानी की कमी का बड़ा कारण नहरों की सफाई न हो पाना है। उन्होंने भरोसा दिया कि जल्दी नहरों की सफाई करा के पानी को पूरा कर दिया जाएगा। दोस्तों, अगर आपको यह वीडियो पसंद आए तो लाइक करें, शेयर करें और अपनी राय भी हमें बताना न भूलें। अगर आपने अभी तक हमारे चैनल को सब्सक्राइब नहीं किया तो प्लीज चैनल को सब्सक्राइब करके बेल आइकॉन को दबा लें। धन्यवाद। मुजाहरा करके देख लिया पर इन्हां ने सानू पानी पूरा अजे तक नहीं दिता। कई पिंडां दे विचों इन्हां सैम नाल लंघ रहा है, वो लोग सैम नाल दा पानी लाउंदे आ ਅਤੇ ਸੈਮ ਨਾਲੇ ਦੇ ਪਾਣੀ ਨਾਲ ਜ਼ਮੀਨਾਂ ਖਰਾਬ ਹੋ ਰਹੀਆਂ ਅਤੇ ਉਹਦਾ ਐਕਸਟਰਾ ਖਰਚਾ ਵੀ ਬਹੁਤ ਪੈ ਰਿਹਾ ਹੈ। ਇਸ ਕਰਕੇ ਕਿਸਾਨ ਇਹ 5 ਪਿੰਡਾਂ ਦਾ ਬਿਲਕੁਲ ਮਾਰੂ ਅੱਜ ਦੇ ਦਿਨ। ਉਹ ਕਿਸਾਨ ਬਹੁਤ ਕਮਜ਼ੋਰ ਹੋ ਗਏ, ਆਰਥਿਕ ਹਾਲਤ ਉਹਨਾਂ ਦੀ ਬਿਲਕੁਲ ਕਮਜ਼ੋਰ ਹੋ ਗਈ ਅਤੇ ਕਿਸਾਨਾਂ ਦੇ ਸਿਰ ਦਿਨੋਂ ਬੇਦਿਨ ਕਰਜ਼ਾ ਚੜ੍ਹਦਾ ਜਾ ਰਿਹਾ ਅਤੇ ਉਹਨਾਂ ਦਾ ਵਿਆਜ ਐਕਸਟਰਾ ਵਿਆਜ 'ਤੇ ਵਿਆਜ ਲੱਗ ਰਿਹਾ। ਉਹ ਆੜ੍ਹਤੀ ਦਾ ਦਬਾਓ ਹੈ, ਅਜੇ ਕੋਆਪਰੇਟਿਵ ਸੋਸਾਇਟੀ ਦਾ ਦਬਾਓ ਹੈ, ਅਜੇ ਬੈਂਕਾਂ ਦਾ ਦਬਾਓ ਹੈ ਅਤੇ ਕਿਸਾਨ ਦਾ ਕਰਜ਼ਾ ਕਿਸੇ ਹਾਲ 'ਚ ਨਹੀਂ ਲੈ ਰਿਹਾ। ਜੇਕਰ ਇਹ ਹੀ ਪਾਣੀ ਸਾਡੇ ਕੋਲ ਪੂਰਾ ਹੁੰਦਾ, ਇਹ ਪਾਣੀ ਸਹੀ ਵਗਦਾ ਹੁੰਦਾ, ਅੱਜ ਸਾਡੇ ਸਿਰ ਕਰਜ਼ਾ ਨਹੀਂ ਹੋਣਾ ਸੀ। ਇਹ ਗੱਲ ਅਸੀਂ ਦਾਅਵੇ ਨਾਲ ਕਹਿੰਦੇ ਹਾਂ, ਸਾਨੂੰ ਸਰਕਾਰ ਦੀ ਕੋਈ ਕਰਜ਼ਾ ਮਾਫ਼ੀ ਦੀ ਲੋੜ ਨਹੀਂ, ਸਾਨੂੰ ਪਾਣੀ ਦੀ ਲੋੜ ਹੈਗੀ ਹੈ। ਜੇ ਪਾਣੀ ਹੋਵੇ ਤਾਂ ਅਸੀਂ ਆਪਦਾ ਕਮਾ ਕੇ ਖਾਈਏ, ਬਲਕਿ ਸਰਕਾਰ 'ਤੇ ਨਿਰਭਰ ਅਸੀਂ ਨਾ ਰਹੀਏ। ਇਹ ਸਨ 98 ਤੋਂ ਪਿੰਡ ਚਲਾਣਾ 'ਚ ਠੋਕਰ ਬਣਾਈ ਸੀ, ਜਿਹਨੂੰ ਚਾਲ ਵੀ ਬੋਲਦੇ ਪੰਜਾਬੀ 'ਚ। ਅੱਜ ਐਕਸ਼ਨ ਸਾਹਿਬ ਨੂੰ ਮੰਗ ਪੱਤਰ ਦੇਣ ਆਇਆ, ਜਾਂ ਤਾਂ ਸਾਡਾ ਪਾਣੀ ਪੂਰਾ ਕਰੋ, ਜਾਂ ਜੋ ਇਹ ਪਾਣੀ ਬਚਦਾ ਇਹ ਕਿਸੇ ਹੋਰ ਜ਼ਿਮੀਂਦਾਰ ਨੂੰ ਦੇ ਦਿਓ, ਸਾਡੀ ਨਹਿਰ ਬੰਦ ਕਰ ਦਿਓ, ਨਹੀਂ ਤਾਂ ਅਸੀਂ ਇਹ ਆਪਣੇ 13/6/2018 ਉਸ ਦਿਨ ਅਸੀਂ ਨਹਿਰ ਨੂੰ ਬੋੜ ਦੇਣੀ ਹੈ, ਜਾਂ ਉਸ ਤੋਂ ਪਹਿਲਾਂ ਸਾਡਾ ਪਾਣੀ ਪੂਰਾ ਕਰ ਦੇਣ। ਜ਼ਿਮੀਂਦਾਰਾਂ ਦੀ ਜਿਹੜੀ ਸਮੱਸਿਆ ਹੈਗੀ ਹੈ ਜੀ, ਮੰਨ ਲਓ 14 ਤਰੀਕ ਨੂੰ ਅੱਜ ਅਸੀਂ ਬੰਦ ਕਰਤੀ ਹੈ, 14 ਨੂੰ ਅਸੀਂ ਪਾਣੀ ਛੱਡਾਂਗੇ, ਜਦੋਂ ਪਾਣੀ ਪੂਰਾ ਹੋ ਗਿਆ ਇਹਨਾਂ ਦੀ ਸਮੱਸਿਆ ਦਾ ਹੱਲ ਕਰਵਾਉਣਾ। 17 ਨੂੰ ਸਾਡਾ ਪਾਣੀ ਪੂਰਾ ਹੋ ਗਿਆ, ਜਦੋਂ ਸਾਡਾ ਹੈਡ ਤੋਂ ਪਾਣੀ ਪੂਰਾ ਹੋ ਗਿਆ ਇਹਨਾਂ ਦੀ ਡੀਟੇਲ ਜਾ ਕੇ ਚੈੱਕ ਕਰ ਲਓ, ਨਾਲੇ ਇਹਨਾਂ ਦੀ ਸੰਤੁਸ਼ਟੀ ਕਰਾ ਦਿੱਤੀ। ਬਿਲਕੁਲ ਹੋ ਜਾਏਗਾ, ਜਦੋਂ ਸਫਾਈ ਹੋ ਗਈ ਆਟੋਮੈਟਿਕਲੀ। ਮਾਲਾ ਮਿਹਨਤ ਦੀ ਟੇਲਾਂ 'ਤੇ ਪਾਣੀ ਘੱਟ ਜਾ ਰਿਹਾ, ਇਹ ਉਸ ਸੰਬੰਧ 'ਚ ਅੱਜ ਮਿਲਣਾ ਹੈ। ਇਹ ਕਾਫੀ ਸਾਲਾਂ ਤੋਂ ਤਾਂ ਪਹਿਲਾਂ ਸੀ, ਉਸ ਤੋਂ ਬਾਅਦ ਨਵੀਂ ਮਾਈਨਰ ਇਹਨਾਂ ਦੀ ਬਣਾ ਦਿੱਤੀ ਗਈ ਹੈ। ਕਮਾਲਵਾਲਾ ਮਾਈਨਰ ਦੀ ਨਿਊ ਕੰਸਟਰਕਸ਼ਨ ਕੀਤੀ ਹੈ, ਤੋੜ ਕੇ ਨਵੀਂ ਬਣਾਈ ਗਈ ਹੈ। ਤੋੜ ਕੇ ਨਵੀਂ ਹੁਣੇ ਹੀ ਬਣੀ ਹੈ। ਜੇ ਕੋਈ ਉਹਦੇ 'ਚ ਕਮੀ ਪੇਸ਼ੀ, ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਕਿ ਚਾਲ ਇਹਨਾਂ ਦੀ ਇੱਕ ਠੋਕਰ 124-100 ਵਾਲੀ ਵੀ ਉਹ ਪੁਰਾਣੀ ਹੀ ਚੱਲ ਰਹੀ ਹੈ, ਵੀ ਉਹਨੂੰ ਡਰਾਇੰਗ ਅਸੀਂ ਉਹਦੀ ਵੇਖ ਰਹੇ ਹਾਂ, ਅਸੀਂ ਸਟਾਫ ਬੁਲਾਇਆ ਸਾਰਾ, ਉਹ ਅਸੀਂ ਚੈੱਕ ਕਰ ਲੈਂਦੇ ਹਾਂ। ਉਹਨਾਂ ਜਵਾਇ ਦੇ ਵਿੱਚ ਬਹੁਤ ਵੱਡੇ ਵੱਡੇ ਬਰਮ ਨੇ, ਕਾਫੂਸ ਕਾਫੀ ਜ਼ਿਆਦਾ ਪਿਆ ਇਹਦੇ 'ਚ। ਉਸ 'ਚ ਪਾਣੀ ਜਿਹੜੀ ਮਾਤਰਾ ਪੂਰੀ ਛੱਡੀ ਜਾਂਦੀ ਰਹੀ ਹੈ, ਪਰ ਜਿਹੜਾ ਨਾ ਸਫਾਈ ਨਾ ਹੋਣ ਕਰਕੇ ਪਾਣੀ ਅੱਗੇ ਜਿਹੜਾ ਉਹ ਨਹੀਂ ਪਹੁੰਚਿਆ, ਸਫਾਈ ਦੀ ਵਜ੍ਹਾ ਕਰਕੇ ਨਹੀਂ ਪਹੁੰਚਿਆ। ਸਰਕਾਰ ਵੱਲੋਂ ਹੁਣ ਜਿਹੜਾ ਪਾਣੀ ਅਸੀਂ ਫਿਰ ਵੀ ਅਸੀਂ ਆਪਣੇ ਪੱਧਰ 'ਤੇ ਫੀਲਡ ਸਟਾਫ ਇਹ ਜ਼ਿੰਮੇਦਾਰ ਸਹਿਯੋਗ ਨਾਲ ਅਸੀਂ ਪਾਣੀ ਜਿੰਨਾ ਹੋ ਸਕਿਆ ਅਸੀਂ ਪਹੁੰਚਾਇਆ ਇਹਨਾਂ ਨੂੰ, ਵੀ ਨਰਮੇ ਦੀ ਬਿਜਾਈ ਕਰਾਈ ਜਾਵੇ। ਸਰਕਾਰ ਵੱਲੋਂ ਪੈਸੇ ਮਿਲੇ ਨੇ, ਟੈਂਡਰ ਅਸੀਂ ਖੋਲ੍ਹ ਦਿੱਤੇ ਗਏ ਨੇ, ਕੱਲ੍ਹ ਖੋਲ੍ਹੇ ਟੈਂਡਰ, ਠੇਕੇਦਾਰ ਅੱਜ ਪਹੁੰਚ ਗਿਆ ਉੱਥੇ, ਨਹਿਰ ਬੰਦ ਕਰ ਦਿੱਤੀ ਅੱਜ ਅਸੀਂ, ਅਤੇ ਉਹ ਨਹਿਰ ਦੀ ਅਸੀਂ ਸਫਾਈ ਕੰਮ ਸ਼ੁਰੂ ਕਰ ਦਿੱਤਾ। ਅਤੇ ਉਹ ਸਫਾਈ ਤੋਂ ਬਾਅਦ ਇਹਦਾ ਜਦੋਂ ਨਹਿਰ ਸਾਫ਼ ਹੋ ਜਾਏਗੀ ਵੱਡਾ ਸੈਕਸ਼ਨ। ਦੇਖੋ 2 ਸਾਲ ਤੋਂ ਸਫਾਈ ਨਹੀਂ ਹੋਈ, ਇਹ ਵੀ ਇਹਨਾਂ ਨੂੰ ਪਤਾ ਹੈ, 2 ਸਾਲ ਤੋਂ ਸਫਾਈ ਨਹੀਂ ਹੋਈ। ਮੈਂ ਹੁਣ ਆਇਆ, ਮੇਰੇ ਤੋਂ ਪਹਿਲਾਂ ਵੀ ਇਹ 1.5 ਸਾਲ ਸਫਾਈ ਨਹੀਂ ਕੀਤੀ। ਪਹਿਲਾਂ ਸਫਾਈ ਦੇ ਨਾਲ ਹੀ ਪਾਣੀ ਜਾਣਾ।